ਸ਼ਿਕਾਲ ਜੀ, ਮੈਂ ਤੁਹਾਡੀ ਆਪਣੀ ਗੁਰਨੂਰ ਤੇ ਅੱਜ ਅਸੀਂ ਮੇਰੇ ਚੈਨਲ ਦਾ ਇੱਕ ਨਵਾਂ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਤੇ ਫਸਟ ਆਫ ਆਲ ਤਾਂ ਹੈਪੀ ਇੰਡੀਪੈਂਡੈਂਸ ਡੇ ਐਂਡ ਅੱਜ ਅਸੀਂ ਛੋਟਾ ਜਿਹਾ ਫੰਕਸ਼ਨ ਵੀ ਰੱਖਿਆ ਤੀਜ ਦਾ ਤੇ ਹੁਣ ਅਸੀਂ ਡੈਕੋਰੇਸ਼ਨ ਕਰਨ ਜਾਣਾ ਤੇ ਮੈਨੂੰ ਲੱਗਦਾ ਵੀਰਾ ਆ ਰਹੇ ਹੈ, ਦੇਖਦੇ ਚਲੋ। ਉਹ ਆ ਗਿਆ ਆ ਗਿਆ ਆ ਗਿਆ, ਚਲੋ ਹੁਣ ਚੱਲਦੇ ਹਾਂ ਆਪਾਂ, ਕਰਦੇ ਹਾਂ ਤੀਜ ਸੈਲੀਬ੍ਰੇਸ਼ਨ। ਹੋਰ ਫਾਈਨਲੀ ਪਹੁੰਚ ਚੁੱਕੇ ਆ ਤੇ ਅੱਜ ਤੁਹਾਨੂੰ ਡੈਕੋਰੇਸ਼ਨ ਕੰਮ ਤੇ ਲੱਗੇ ਹੋਏ ਆ ਸਾਰੇ ਜਾਣੇ। ਹੈਲੋ ਦੀਦੀ, ਹਾਏ। ਇੱਧਰ ਹੈਲੋ, ਹੈਲੋ। ਇੱਧਰ ਮੈਮ ਲੱਗੇ ਹੋਏ। ਤੁਸੀਂ ਵੀ ਕਰ ਦੋ। ਇੱਧਰ ਇੱਧਰ ਸਾਡੇ ਆਰਗੇਨਾਈਜ਼ਰ ਜੀ ਸੈੱਟ ਕਰਨ ਲੱਗੇ ਹੋਏ ਆ, ਸੈਸ਼ਨਸ, ਟਰਾਫੀਜ਼। ਮੈਂ ਆਪਣੇ ਫੰਕਸ਼ਨ ਲਈ ਤਿਆਰ ਹੋਣ ਲਈ ਅਤੇ ਅਸੀਂ ਸਲੂਨ 'ਚ ਪਹੁੰਚ ਚੁੱਕੇ ਹਾਂ। ਚਲੋ ਤਿਆਰ ਹੋ ਜੀ। ਆ ਜੀ, ਮੈਂ ਸੂਟ ਪਾ ਲਿਆ ਹੈ ਤੇ ਆ ਮੈਮ ਹੈ, ਆ ਸਾਨੂੰ ਤਿਆਰ ਕਰਨਗੇ। ਉੱਧਰ ਦੀਦੀ ਹੈ, ਦੀਦੀ ਜੀ ਹਜੇ ਮੇਰੇ ਤੋਂ ਬਾਅਦ ਤਿਆਰ ਹੋਣਗੇ। ਆ ਦੇਖੋ ਜੀ, ਮੈਂ ਤਾਂ ਹੋ ਗਿਆ ਤਿਆਰ, ਹੁਣ ਚੱਲ ਰਿਹਾ ਦੀਦੀ ਜੀ ਦਾ ਮੇਕਅਪ। ਮੈਮ ਕਰਨ ਲੱਗੇ ਹੋਏ ਆ ਤੇ ਫਿਲਹਾਲ ਮੇਰੇ ਪਾਸ ਏਅਰਿੰਗਸ ਰਹਿ ਗਏ। ਏਅਰਿੰਗ ਸਾਨੂੰ ਸਮਝ ਨਹੀਂ ਆ ਰਿਹਾ ਵੀ ਟਿੱਕੇ ਨਾਲ ਦੇ ਕਿੱਥੋਂ ਲਾਈਏ, ਕਿਵੇਂ ਲਾਈਏ, ਕਿਹੋ ਜਿਹੇ ਲਾਈਏ। ਠੀਕ ਹੈ ਜੀ, ਪ੍ਰੋਪਰ ਤਿਆਰ ਹੋ ਕੇ ਫਿਰ ਤੁਹਾਨੂੰ ਦੁਬਾਰਾ ਦੇਖਾਂਗਾ। ਬਦੋ, ਸਤਿ ਸ਼੍ਰੀ ਅਕਾਲ। ਫਾਈਨਲੀ ਅਸੀਂ ਦੋਨੋਂ ਜਣੇ ਤਿਆਰ ਹੋ ਗਏ ਹਾਂ ਅਤੇ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਕਿ ਅਸੀਂ ਕਿਹੋ ਜਿਹੇ ਲੱਗ ਰਹੇ ਹਾਂ ਅਤੇ ਇਹ ਸਲੂਨ ਸੀ। ਸੋ ਗਾਇਜ਼, ਅਸੀਂ ਆਪਣੇ ਵੈਨਿਊ 'ਤੇ ਪਹੁੰਚ ਚੁੱਕੇ ਹਾਂ ਅਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ, ਅੱਜ ਸਾਡਾ ਫੰਕਸ਼ਨ ਵੀ ਸਟਾਰਟ ਹੋ ਚੁੱਕਿਆ ਅਤੇ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ।
ਇਸ ਫਾਈਨਲੀ ਸਾਡਾ ਫੰਕਸ਼ਨ ਕੰਪਲੀਟ ਮਤਲਬ ਖਤਮ ਹੋ ਚੁੱਕਿਆ ਹੈ ਐਂਡ ਸਾਰੇ ਥੱਕ ਚੁੱਕੇ ਹੈ ਇਹਦਾ ਮੂੰਹ ਦੇਖ ਲਓ ਸਭ ਪਤਾ ਚੱਲ ਰਿਹਾ ਕਿ ਮੇਰਾ ਮੂੰਹ ਦੇਖ ਲਓ ਅਤੇ ਇੱਥੇ ਆਪਣਾ ਗੰਦ ਵੀ ਪੈ ਚੁੱਕਿਆ ਹੈ ਬਟ ਖਾਣ ਫਾਈਨਲੀ ਅਸੀਂ ਸਵੇਰ ਦੇ ਭੁੱਖੇ ਫਿਰ ਰਹੇ ਹਾਂ ਫੰਕਸ਼ਨ 'ਚ ਬੀਜ਼ੀ ਸੀਗੇ ਐਂਡ ਥੱਕ ਚੁੱਕੇ ਹਾਂ ਆਓ ਜੋ ਪਹਿਲਾਂ ਤੁਹਾਨੂੰ ਔਰਗਨਾਈਜ਼ਰ ਜੀ ਨਾਲ ਮਿਲਾਉਂਦੇ ਹਾਂ ਜੋ ਕਿ ਬਹੁਤ ਥੱਕ ਚੁੱਕੇ ਹੈ ਬਹੁਤ ਜ਼ਿਆਦਾ ਥੱਕ ਗਏ ਇੰਨਾ ਜ਼ਿਆਦਾ ਕਿ ਅਸੀਂ ਇੰਨੇ ਜ਼ਿਆਦਾ ਪਲੇਟ ਤਿਆਰ ਹੋਏ ਕੁਛ ਵੀ ਨਹੀਂ ਪਾ ਸਕੇ ਬਸ ਮੈਂ ਪਾ ਲਿਆ ਸੀਗਾ ਪਤਾ ਨਹੀਂ ਕਿੱਧਰੋਂ ਚੱਕ ਕੇ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡਾ ਇਹ ਫਸਟ ਵਲੌਗ ਕਿੱਦਾਂ ਦਾ ਲੱਗਿਆ ਐਂਡ ਵੈਸੇ ਤਾਂ ਮੈਂ ਕੱਲ ਹੀ ਐਂਡ ਕਰ ਦੇਣਾ ਸੀਗਾ ਵਲੌਗ ਬਟ ਐਕਚੁਲੀ ਇੰਜੋਇਮੈਂਟ ਅਤੇ ਮੈਨੇਜਮੈਂਟ 'ਚ ਇੰਨਾ ਬਿਜ਼ੀ ਹੋ ਗਿਆ ਸੀ ਕਿ ਕੁਛ ਤੁਹਾਨੂੰ ਕੁਛ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜੋ ਅਸੀਂ ਵਲੌਗ 'ਚ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਏ ਅਤੇ ਮੇਰੀ ਬੈਟਰੀ ਵੀ ਲੋਅ ਹੋ ਗਈ ਸੀ ਫੋਨ ਦੀ ਅਤੇ ਇਸ ਕਰਕੇ ਵਲੌਗ ਵੀ ਨਹੀਂ ਐਡ ਕਰ ਪਾਏ ਬਟ ਕੋਈ ਗੱਲ ਨਹੀਂ ਸੋ ਆਪਾਂ ਅਗਲੇ ਵਲੌਗ 'ਚ ਮਿਲਦੇ ਹਾਂ ਜਾਂ ਫਿਰ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਤਦ ਤੱਕ ਲਈ ਬਾਏ ਬਾਏ ਐਂਡ ਥੈਂਕ ਯੂ ਫੋਰ ਵਾਚਿੰਗ